देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। ਗਰੇਵਾਲ ਸਾਹਿਬ ਤੁਹਾਨੂੰ ਰੋਕਣਾ ਚਾਹਾਂਗੇ, ਸਾਡੇ ਨਾਲ ਸਰਵਨ ਸਿੰਘ ਪੰਦੇੜ ਵੀ ਜੁੜ ਚੁੱਕੇ ਨੇ। ਮੈਂ ਚਾਹਾਂਗਾ ਕਿ ਅਸੀਂ ਚਰਚਾ ਛੁੱਟੀ ਜੀ ਤੁਹਾਡੇ ਦੋਵਾਂ ਦਾ ਸਮਾਂ ਚਾਹਾਂਗੇ, 5 ਮਿੰਟ ਦਾ ਚਰਚਾ ਕਰ ਲਈਏ। ਪੰਦੇੜ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ। ਪੰਦੇੜ ਸਾਹਿਬ, ਗਰੇਵਾਲ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਕਹਿੰਦੇ ਨੇ ਕਿ ਹੁਣ ਕਿਸਾਨਾਂ ਨੂੰ ਜਿੱਦ ਤੇ ਨਹੀਂ ਅੜੇ ਰਹਿਣਾ ਚਾਹੀਦਾ, ਇੱਕ ਜਿਹੜੀ ਮੂਵਮੈਂਟ ਹੈ ਤੁਹਾਡੀ ਕੁਝ ਲੋਕਾਂ ਕਰਕੇ ਖਰਾਬ ਵੀ ਹੋ ਰਹੀ ਹੋ ਰਿਹਾ। ਸਾਫ਼ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਦਾ ਹੁਣ ਬਹਿਣਾ, ਪ੍ਰਧਾਨ ਮੰਤਰੀ ਨਹੀਂ ਬੈਠਦੇ ਹੁੰਦੇ ਨਾ ਹੀ ਉਹਨਾਂ ਨੇ ਬਹਿਣਾ। ਦੇਖੋ, ਗਰੇਵਾਲ ਸਾਹਿਬ ਜੀ ਦਾ ਸਾਰੀ ਜਥੇਬੰਦੀ ਵੱਲੋਂ ਸਮਾਜਿਕ ਬਾਈਕਾਟ ਕੀਤਾ ਸੀ। ਗਰੇਵਾਲ ਸਾਹਿਬ ਦਾ ਜਵਾਬ ਨਹੀਂ ਦੇਣਾ ਚੰਗਾ ਸਮਝਦੇ, ਨਾ ਉਹਨਾਂ ਦੀ ਗੱਲ ਤੇ ਕੋਈ ਟਿੱਪਣੀ। ਜਿਹੜਾ ਫੈਸਲੇ ਕਰ ਲਿਆ ਵਾ ਗਰੇਵਾਲ ਜੀ ਕੀ ਬੋਲਦੇ ਨੇ, ਉਹਦੇ ਕੋਲ ਮਾਇਨੇ ਸਾਡੇ ਸਾਹਮਣੇ ਨਹੀਂ ਹੈਗੇ। ਉਹਨਾਂ ਨੇ ਚਲੋ ਪੰਜ ਮਿੰਟ ਤੁਸੀਂ ਵਿਰੋਧ ਤੁਸੀਂ ਆਪਾਂ ਛੱਡ ਦਈਏ, ਗੱਲਾਂ ਚਰਚਾ ਤੇ ਕਰ ਸਕਦੇ ਹਾਂ ਜਿੱਥੇ ਸਾਨੂੰ ਪੰਦੇੜ ਸਾਹਿਬ ਕਰ ਲਓ ਨਹੀਂ ਮਰਜ਼ੀ। ਇਸ ਕਰਕੇ ਅਸੀਂ ਗਰੇਵਾਲ ਸਾਹਿਬ ਦੀ ਗੱਲਾਂ ਦਾ ਜਵਾਬ ਦੇਣਾ ਉਚਿਤ ਨਹੀਂ ਸਮਝਦੇ। ਪੰਦੇੜ ਸਾਹਿਬ ਗੱਲਬਾਤ ਹੀ ਨਹੀਂ ਕਰੋਗੇ ਤੇ ਚਰਚਾ ਕਿਵੇਂ ਹੋਏਗੀ? ਇਹ ਵੀ ਨੁਮਾਇੰਦਗੀ ਕਰਦੇ ਨੇ, ਇਹ ਵੀ ਨੁਮਾਇੰਦਗੀ ਕਰ ਰਹੇ ਨੇ ਸਰਕਾਰ ਦੀ। ਗਰੇਵਾਲ ਸਾਹਿਬ ਦੀ ਗੱਲਾਂ ਦਾ ਆਪਾਂ ਜਵਾਬ ਨਹੀਂ ਦੇਣਾ। ਗਰੇਵਾਲ ਸਾਹਿਬ ਬੜੀ ਨਾਰਾਜ਼ਗੀ ਹੈ ਜੀ ਤੁਹਾਡੇ ਨਾਲ, ਪੰਦੇੜ ਸਾਹਿਬ ਤਾਂ ਫੋਨ ਹੀ ਛੱਡ ਗਏ। ਗੱਲ ਐ ਆ, ਮੇਰੀ ਗੱਲ ਸੁਣੋ। ਪੰਦੇੜ ਸਾਹਿਬ ਤਖਤੀ ਲੈ ਕੇ ਖੜੇ ਹੋ ਜਾਣਗੇ, ਗਰੇਵਾਲ ਸਾਹਿਬ ਦਾ ਬਾਈਕਾਟ ਕਰਤਾ, ਇਹਦੇ ਨਾਲ ਮੇਰਾ ਬਾਈਕਾਟ ਨਹੀਂ ਹੁੰਦਾ। ਮੇਰੇ ਵੀ 14 ਕਰੋੜ ਮੈਂਬਰ ਨੇ ਔਰ ਮੇਰਾ ਵੀ ਆਪਣਾ ਸਮਾਜ ਆ। ਇਹ ਤਾਂ ਤਾਲਿਬਾਨੀ ਫਰਮਾਨ ਸੁਣਾ ਰਹੇ ਅੱਜ ਕੱਲ। ਇਹ ਤਾਲਿਬਾਨੀ ਫਰਮਾਨ ਜਿਹੜੇ ਆ ਇਹ ਕਮਿਊਨਿਸਟਾਂ ਦੇ ਆ। ਜਦੋਂ ਤੱਕ ਕਮਿਊਨਿਸਟ ਇਸ ਅੰਦੋਲਨ ਚੋਂ, ਜਿਹੜੀ ਫੈਕਟਰੀ ਚ ਕਮਿਊਨਿਸਟ ਪਹੁੰਚ ਜਾਂਦੇ ਆ, ਝੰਡਾ ਲਾ ਦਿੰਦੇ ਆ, ਉਹ ਫੈਕਟਰੀ ਬੰਦ ਕਰਾ ਕੇ ਨਿਕਲਦੇ ਆ ਇਹ ਸ਼ੇਰ ਬੱਗੇ, ਔਰ ਇਹੀ ਕਿਸਾਨਾਂ ਦਾ ਨੁਕਸਾਨ ਕਰਕੇ ਨਿਕਲਣਗੇ। ਇਹੀ ਵਿਚਾਰਧਾਰਾ ਜਿਹੜੀ ਮੈਂ ਉਹੀ ਰੋ ਰਿਹਾ ਬਹੁਤ ਦੇਰ ਤੋਂ ਕਿ ਕਿਸਾਨ ਦੀ ਅਗਵਾਈ ਜਿਹੜੀ ਆ ਉਹ ਕਿਸਾਨ ਬਣ ਕੇ ਹੀ ਕਰਨ, ਕਮਿਊਨਿਸਟ ਬਣ ਕੇ ਨਾ ਕਰਨ, ਤੇ ਉਹ ਵਿਚਾਰਧਾਰਾ ਨੂੰ ਲੈ ਕੇ ਨਾ ਕਰਨ। ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਅੰਦਰ ਨਹੀਂ ਆਉਣ ਦੇਣਾ, ਅਸੀਂ ਕਿਸੇ ਉਸ ਨੂੰ ਹੁਣ ਕਮਿਊਨਿਸਟ MP ਬਿਠਾ ਕੇ ਬੈਠ ਗਏ ਉੱਥੇ 7 ਮੈਂਬਰੀ ਕਮੇਟੀ ਚ, ਔਰ ਜੋਗਿੰਦਰ ਯਾਦਵ ਨੂੰ ਬਿਠਾ ਕੇ ਬੈਠ ਗਏ ਉੱਥੇ, ਜਿਹਦੀ ਆਪਣੀ ਪਾਰਟੀ ਸਵਰਾਜ ਪਾਰਟੀ ਤੋਂ ਚੋਣਾਂ ਲੜੀਆਂ, ਤੇ ਉਹ ਗੱਲ ਨੂੰ ਕੋਈ ਸੁਣਨ ਤੇ ਸਮਝਣ ਲਈ ਵੀ ਤਿਆਰ ਨਹੀਂ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਦੋਂ ਤੱਕ ਇਹ ਲੋਕ ਨੇ, ਇਹਨਾਂ ਨੇ ਨਹੀਂ ਫੈਸਲਾ ਹੋਣ ਦੇਣਾ। ਅਸੀਂ ਮੈਂ ਤੁਹਾਨੂੰ ਅੱਜ ਕਹਿਣਾ ਕਿ ਲਓ 3 ਕਾਨੂੰਨ ਵੀ ਰੱਦ ਕਰਾ ਦਿਓ, ਜੇ ਉੱਠ ਕੇ ਆ ਜਾਣ ਤਾਂ ਮੈਨੂੰ ਕਹਿ ਦਿਓ। ਇਹ ਨਹੀਂ ਇਸ ਨੂੰ ਖਤਮ ਹੋਣ ਦੇ ਜਦੋਂ ਤੱਕ ਕਿਸਾਨ ਰੱਦ ਕਰਾ ਦੇਣ, ਫਿਰ ਤਾਂ ਕਹਿ ਹੀ ਰਹੇ ਨੇ ਉੱਠ ਜਾਣਗੇ। ਐਡਾ ਵੱਡਾ ਦਾਵਾ ਤੁਹਾਡਾ, ਉਹ ਕਹਿੰਦੇ ਨੇ ਜੀ, ਕਹਿੰਦੇ ਨੇ ਕਰਦੇ ਨਹੀਂ ਹੈਗੇ। ਅੱਛਾ ਗਰੇਵਾਲ ਸਾਹਿਬ ਜਿੱਦਾਂ ਹੁਣ ਆਪਾਂ ਚਰਚਾ ਕਰਾਉਣ ਦੀ ਹੀ ਕੋਸ਼ਿਸ਼ ਕੀਤੀ ਪਰ ਪੰਦੇੜ ਸਾਹਿਬ ਫੋਨ ਹੀ ਕੱਟ ਗਏ, ਐਡਾ ਜ਼ਬਰਦਸਤ ਵਿਰੋਧ ਤੁਹਾਡਾ, ਤੁਸੀਂ ਤੁਹਾਨੂੰ ਲੱਗਦਾ ਕਿ ਪੰਜਾਬ ਜਦੋਂ ਤੁਸੀਂ ਆਣਾ ਤੇ ਤੁਹਾਡੇ ਘਰ ਦੇ ਬਾਹਰ ਜਾਂ ਤੁਹਾਡਾ ਵਿਰੋਧ ਨਹੀਂ ਹੋਊਗਾ, ਤੁਹਾਨੂੰ ਇਹ ਉਮੀਦ ਹੈ ਜਾਂ ਤੁਸੀਂ ਸੈਟੀਸਫਾਈ ਕਰ ਪਾਓਗੇ ਇਹਨਾਂ ਲੋਕਾਂ ਨੂੰ? ਅਰੇ ਕਰਦੇ ਰਹਿਣ ਵਿਰੋਧ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਸਮਝ ਜਾਣਗੇ ਆਪਣੇ ਆਪ। ਇਹਨਾਂ ਦੇ ਵਿਰੋਧ ਦਾ ਨਹੀਂ ਇੰਨਾ ਲੰਬਾ ਚੌੜਾ ਫਰਕ ਪੈਣਾ, ਇਹ ਸਾਰਾ ਸਮਾਜ ਨਹੀਂ ਹੈ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94 648, 84374 94 648।